ਹੈਗੇ। ਪੱਖਪਾਤ ਇੱਕ ਇਹੋ ਜਿਹੀ ਚੀਜ਼ ਹੈਗੀ ਜਿਹੜੀ ਸਾਨੂੰ ਕਦੀ ਵੀ ਪਤਾ ਨਹੀਂ ਚੱਲਦਾ ਕਿ ਸਾਡੇ ਅੰਦਰ ਪੱਖਪਾਤ ਹੈਗਾ। ਇਹ ਪੱਖਪਾਤ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਸਾਡੇ ਅੰਦਰ ਰਹਿੰਦੀ ਹੈਗੀ ਪਰ ਉਹ ਕਦੀ ਵੀ ਸਾਨੂੰ ਪਤਾ ਨਹੀਂ ਲੱਗਦਾ, ਪਰ ਜਦੋਂ ਟਾਈਮ ਆਉਂਦਾ ਵਾ, ਸਮੇਂ ਆਉਂਦਾ ਵਾ, ਉਦੋਂ ਇਹ ਬਾਹਰ ਨਿਕਲ ਕੇ ਆਉਂਦਾ ਵਾਗਾ। ਜਦੋਂ ਅਸੀਂ ਕਿਸੇ ਨਾਲ ਪੱਖਪਾਤ ਕਰਨੇ ਹਾਂ ਤਾਂ ਸਾਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਅਸੀਂ ਪੱਖਪਾਤ ਕਰਨ ਡੇ ਹੈਗੇ, ਪਰ ਜਦੋਂ ਕੋਈ ਲੋਕ ਸਾਨੂੰ ਆ ਕੇ ਦੱਸਦੇ ਹੈਗੇ ਕਿ ਤੁਸੀਂ ਪੱਖਪਾਤ ਕਰਨ ਡੇ ਜੇ, ਫਿਰ ਵੀ ਨਹੀਂ। ਕਦੀ ਕਦੀ ਜਿਹੜੇ ਮਸੀਹ ਦੇ ਲੋਕ ਹੁੰਦੇ ਆ ਉਹਨਾਂ ਨੂੰ ਸਮਝ ਆ ਜਾਂਦਾ ਵਾ, ਪਰ ਜਿਹੜੇ ਮਸੀਹ ਦੇ ਲੋਕ ਨਹੀਂ ਹੁੰਦੇ ਉਹਨਾਂ ਨੂੰ ਸਮਝ ਇਹ ਆਉਂਦਾ ਹੀ ਨਹੀਂ ਹੈਗੇ। ਅੱਜ ਅਸੀਂ ਮੰਡਲੀ ਦੇ ਵਿੱਚ ਪੱਖਪਾਤ ਕਿਤਰਾ ਹੁੰਦਾ ਵਾਗਾ ਅਸੀਂ ਉਹਦੇ ਵਿੱਚ ਅਸੀਂ ਉਹ ਧਿਆਨ ਕਰਨ ਵਾਲੇ ਹਾਂ। ਜੇ ਮੰਡਲੀ ਵਿੱਚ ਦੋ ਅਧਿਆਇ ਦੇ ਵਿੱਚ ਲਿਖਿਆ ਹੋਇਆ ਵਾ, ਦੋ ਵਚਨ ਤੋਂ ਲੈ ਕੇ ਚਾਰ ਤੱਕ ਲਿਖਿਆ ਹੋਇਆ, ਜੇ ਮੰਡਲੀ ਦੇ ਵਿੱਚ ਕੋਈ ਵੱਡਾ ਆਦਮੀ ਜੇ ਕਿਤੇ ਮੰਡਲੀ ਵਿੱਚ ਆ ਜੇ, ਮਤਲਬ ਵੱਡਾ ਆਦਮੀ ਮਤਲਬ ਪੈਸਿਆਂ ਦਾ ਬੈਂਕ ਬੈਲੈਂਸ ਜਿਹਦੇ ਕੋਲ ਜ਼ਿਆਦਾ ਹੋਏ, ਔਰ ਚੰਗੇ ਚੰਗੇ ਕੱਪੜੇ ਪਾਏ ਹੋਏ, ਔਰ ਉਹਨੇ ਹੱਥ ਵਿੱਚ ਸੋਨੇ ਦਾ ਕੜਾ ਪਾਇਆ ਹੋਏ, ਔਰ ਅੰਗੂਠੀਆਂ ਪਾਈਆਂ ਹੋਣ, ਔਰ ਚੰਗੇ ਕੱਪੜੇ ਪਾਏ ਹੋਣ, ਔਰ ਆਪਣੀ ਕਾਰ ਵਿੱਚੋਂ ਜਦੋਂ ਉਹ ਨਿਕਲ ਕੇ ਆਉਂਦਾ ਵਾ ਤਾਂ ਸਾਰੇ ਜਾਣੇ ਉਹਨਾਂ ਦੇ ਸਾਹਮਣੇ ਆ ਕੇ ਉਹਨਾਂ ਨੂੰ ਕਹਿੰਦੇ ਆ, ਜੈ ਮਸੀਹ ਦੀ ਭਾਅ ਜੀ, ਜੈ ਮਸੀਹ ਦੀ ਭਾਅ ਜੀ, ਜੈ ਮਸੀਹ ਦੀ ਭਾਅ ਜੀ, ਆਓ ਅੱਗੇ ਆ ਕੇ ਬਹਿ ਜਾਓ। ਜਾਂ ਤਾਂ ਉਹਨੂੰ ਅੱਗੇ ਬਿਠਾਉਂਦੇ ਆ, ਔਰ ਜਾਂ ਤਾਂ ਉਹਨੂੰ ਸਟੇਜ ਦੇ ਉੱਤੇ ਬਿਠਾਉਂਦੇ ਆ। ਔਰ ਉਹਦੇ ਬਾਰੇ ਵਿੱਚ ਫਿਰ ਜਦੋਂ ਮੰਡਲੀ ਚੱਲਦੀ ਆ ਫਿਰ ਉਹਦੇ ਤਾਰੀਫ ਕਰਦੇ ਰਹਿੰਦੇ ਆ ਕਿ ਇਹ ਜਿਹੜਾ ਵਾਗਾ, ਇਹ ਜਿਹੜਾ ਭਰਾ ਸਾਡੀ ਮੰਡਲੀ ਵਿੱਚ ਆਇਆ ਵਾ, ਜਿਹਨੇ ਚੰਗੇ ਕੱਪੜੇ ਪਾਏ ਆ, ਜਿਹਨੇ ਸੋਨੇ ਦਾ ਛੱਲਾ ਅਤੇ ਅੰਗੂਠੀਆਂ ਪਾਈਆਂ ਵਾਗੀਆਂ, ਜਿਹਦੇ ਕੋਲ ਪੈਸੇ ਬੜੇ ਹੈਗੇ, ਔਰ ਜਿਹੜਾ ਕਾਰ ਵਿੱਚੋਂ ਨਿਕਲ ਕੇ ਆਇਆ ਵਾ, ਇਹ ਸਾਡੀ ਮੰਡਲੀ ਨੂੰ ਬੜੀ ਮਦਦ ਕਰਦਾ ਵਾ, ਔਰ ਇਸ ਕਰਕੇ ਉਹਨੂੰ ਕੀ ਕਰਨੇ ਆ, ਅੱਗੇ ਬਿਠਾਲਨੇ ਆ, ਔਰ ਉਹਦੇ ਨਾਂ ਨੂੰ ਵੀ ਉੱਚਾ ਕਰਦੇ ਰਹਿੰਦੇ ਹਾਂ। ਪਰ ਜਦੋਂ ਹੋਰ ਕੋਈ ਇਨਸਾਨ, ਜਦੋਂ ਮੰਡਲੀ ਵਿੱਚ ਦੂਸਰਾ ਇਨਸਾਨ ਹੁੰਦਾ ਵਾ ਜਿਹੜਾ ਗਰੀਬ ਹੁੰਦਾ ਵਾ, ਜਿਹਦੇ ਕੱਪੜੇ ਪਾਟੇ ਹੁੰਦੇ ਹੈਗੇ, ਜਿਹੜਾ ਕਦੀ ਵੀ ਪੈਸੇ ਚਰਚ ਨੂੰ ਸ਼ਾਂਤ ਦੇ ਨਹੀਂ ਸਕਦਾ, ਉਹ ਜਿਹੜਾ ਆਦਮੀ ਜਿਹਦੇ ਕੋਲ ਸਾਈਕਲ ਵੀ ਨਹੀਂ ਹੈਗਾ, ਜਦੋਂ ਉਹ ਆਦਮੀ ਮੰਡਲੀ ਵਿੱਚ ਆਏ ਤਾਂ ਅਸੀਂ ਉਹਦੇ ਨਾਲ ਕੀ ਕਰਨੇ ਆ? ਅਸੀਂ ਉਹਨੂੰ ਆ ਕੇ ਆਉਂਦੇ ਹਾਂ, ਚੱਲ ਠੀਕ ਆ ਜੇ ਜਗ੍ਹਾ ਵਾ ਤਾਂ ਇੱਥੇ ਬਹਿ ਜਾ, ਨਹੀਂ ਤਾਂ ਉੱਥੇ ਜਾ ਕੇ ਸੀੜੀਆਂ ਵਿੱਚ ਪੈਰਾਂ ਦੇ ਵਿੱਚ ਬਹਿ ਜਾ। ਉਹ ਭੈਣ ਭਰਾ, ਇਹਦਾ ਮਤਲਬ ਇਹ ਆ ਕਿ ਅਸੀਂ ਜਿਹੜੇ ਹਾਂ ਸਾਡਾ ਜੀਵਨ ਜਿਹੜਾ ਵਾ ਪੱਖਪਾਤ ਦੇ ਨਾਲ ਭਰਿਆ ਹੋਇਆ ਵਾ। ਅਸੀਂ ਉਹਨਾਂ ਦੀ ਇੱਜ਼ਤ ਕਰਨੇ ਆ ਜਿਹੜੇ ਕਿ ਵੱਡੇ ਲੋਕ ਹੁੰਦੇ ਆ, ਪੈਸਿਆਂ ਵਾਲੇ ਲੋਕ ਹੁੰਦੇ ਆ, ਜਿਹੜੇ ਕਾਰਾਂ ਵਿੱਚ ਘੁੰਮਦੇ ਆ, ਜਿਹੜੇ ਅੰਗੂਠੀਆਂ ਪਾ ਕੇ ਰੱਖਦੇ ਆ, ਛੱਲੇ ਪਾ ਕੇ ਰੱਖਦੇ ਆ, ਜਿਹੜੇ ਸੋਨੇ ਦੇ ਹੁੰਦੇ ਆ, ਜਿਹੜੇ ਪੈਸਿਆਂ ਵਾਲੇ ਹੁੰਦੇ ਆ, ਉਹਨਾਂ ਦੀ ਅਸੀਂ ਇੱਜ਼ਤ ਕਰਨੇ ਆ। ਔਰ ਜਿਹੜਾ ਪੈਸਿਆਂ ਵਾਲੇ ਨਹੀਂ ਹੁੰਦੇ, ਗਰੀਬ ਹੁੰਦੇ ਹੈਗੇ, ਜਿਹਨਾਂ ਦੇ ਕਾਟੇ ਪਾਟੇ ਕੱਪੜੇ ਹੁੰਦੇ ਆ, ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਚਰਚ ਵਿੱਚ ਹੀ ਕਿ ਜਾ ਕੇ ਉੱਥੇ ਬਹਿ ਜਾ ਬੂਹੇ ਦੇ ਲਾਗੇ ਜਾਂ ਪੈਰਾਂ ਦੇ ਥੱਲੇ। ਉਹ ਭੈਣ ਔਰ ਭਰਾਓ, ਅੱਜ ਪਰਮੇਸ਼ੁਰ ਸਾਨੂੰ ਆਖਣ ਡਿਆ ਵਾ, ਜੇ ਇਹੋ ਜਿਹਾ ਕੰਮ ਤੁਸੀਂ ਕਰਨ ਡੇ ਜੇ, ਤਾਂ ਇਹਦਾ ਮਤਲਬ ਆ ਕਿ ਤੁਸੀਂ ਵੀ ਪੱਖਪਾਤੀ ਕਰਨ ਡੇ ਜੇ। ਇਹ ਪੱਖਪਾਤ ਇਹੋ ਜਿਹੀ ਚੀਜ਼ ਹੈਗੀ ਜਿਹੜੀ ਸਾਡੇ ਅੰਦਰ ਹੁੰਦੀ ਆ ਪਰ ਸਾਨੂੰ ਕਦੀ ਵੀ ਪਤਾ ਨਹੀਂ ਚੱਲਦਾ। ਇਹ ਪੱਖਪਾਤ ਵਾਲੀ ਜਿਹੜੀ ਚੀਜ਼ ਹੈਗੀ ਇਹ ਮਸੀਹ ਦੇ ਵੱਲੋਂ ਨਹੀਂ ਆਉਂਦੀ, ਇਹ ਆਉਂਦੀ ਆ ਸ਼ੈਤਾਨ ਦੇ ਵੱਲੋਂ। ਸ਼ੈਤਾਨ ਸਾਡੇ ਅੰਦਰ ਕਦੋਂ ਪੱਖਪਾਤ ਨੂੰ ਅੰਦਰ ਪਾ ਦਿੰਦਾ ਵਾ ਸਾਨੂੰ ਕੋਈ ਪਤਾ ਨਹੀਂ ਚੱਲਦਾ, ਔਰ ਅਸੀਂ ਹਮੇਸ਼ਾ ਪੱਖਪਾਤ ਕਰਦੇ ਰਹਿੰਦੇ ਹਾਂ। ਅਸੀਂ ਜਦੋਂ ਪੱਖਪਾਤ ਹੋਰ ਕਿਤੇ ਜਗ੍ਹਾ 'ਤੇ ਕਰਦੇ ਆ ਤਾਂ ਚਲੋ ਠੀਕ ਆ, ਪਰ ਮੰਡਲੀ ਵਿੱਚ ਵੀ ਆ ਕੇ ਜਦੋਂ ਇਹ ਪੱਖਪਾਤ ਕਰਦੇ ਆ ਤਾਂ ਭੈਣ ਔਰ ਭਰਾਓ ਇੱਕ ਵਾਰੀ ਸਾਵਧਾਨ ਹੋ ਜਾਓ, ਇਹ ਜਿਹੜਾ ਵਾ ਮਸੀਹ ਦਾ ਸੁਭਾਅ ਨਹੀਂ ਆ, ਇਹ ਤਿਆਰ